ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜੇ ਰਹਿਣ ਲਈ ਬਨੇ ਰਹਿਣ ਲਈ ਥੋੜਾ ਧੰਨਵਾਦ ਅਸੀਂ ਆਏ ਦਿਨ ਤੁਹਾਨੂੰ ਟੈਟ ਬੇਸ ਤੇ ਵੀਡੀਓ ਦਿੰਨੇ ਆ ਜਾਂ ਫਿਰ ਗੌਰਮੈਂਟ ਦੀ ਸੋ ਆਫੀਸ਼ਲ ਸਾਈਟ ਤੇ ਕੁਝ ਵੀ ਆਇਆ ਹੋਵੇ ਨਿਊਜ਼ ਆਈ ਹੋਵੇ ਉਹਦੇ ਬਾਰੇ ਵੀ ਅਸੀਂ ਵੀਡੀਓ ਦਿੰਨੇ ਆ ਅੱਜ ਮੈਂ ਤੁਹਾਡੇ ਲਈ ਨਵੀਂ ਜਿਹੜੀ ਅੱਜ ਹੀ ਨੋਟਿਸ ਜਾਰੀ ਹੋਇਆ ਥੋਡੇ ਮੂਰੇ ਆ ਰਿਹਾ ਤੁਸੀਂ ਦੇਖ ਲਓ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵਾਂ ਨੋਟਿਸ ਹੈ ਜਿਹੜਾ ਜਾਰੀ ਕੀਤਾ ਗਿਆ ਇਹ ਨੋਟਸ ਹੈ ਜਿਹੜਾ ਪ੍ਰੈਸ ਨੋਟ ਹੈ ਇਹ 10ਵੀਂ ਦਾ ਜਿਹੜਾ ਰਿਜ਼ਲਟ ਹੈ ਉਹਨੂੰ ਮੱਦੇ ਨਜ਼ਰ ਰੱਖਦੇ ਇਹ ਵਾਲਾ ਪ੍ਰੈਸ ਨੋਟ ਹੈ ਜਿਹੜਾ ਜਾਰੀ ਕੀਤਾ ਤੇ ਇਹ ਅੱਜ ਥੱਲੇ ਮਿਤੀ ਲਿਖੀ ਹੈ 2 5 2018 ਅੱਜ ਹੀ ਨਿਕਲਿਆ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਤੁਸੀਂ ਵੀ ਪੜ੍ਹ ਸਕਦੇ ਹੋ ਕਿ ਇਹਦੇ ਵਿੱਚ ਲਿਖਿਆ ਕੀ ਹੈ ਸਭ ਤੋਂ ਪਹਿਲਾਂ ਲਿਖਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰੈਸ ਨੋਟ ਫਿਰ ਲਿਖਿਆ ਕਿ 10ਵੀਂ ਦੇ ਨਤੀਜਿਆਂ ਬਾਰੇ ਅਫਵਾਹਾਂ ਦਾ ਬੋਰਡ ਵੱਲੋਂ ਖੰਡਨ ਨਤੀਜੇ ਦੀ ਮਿਤੀ ਦਾ ਐਲਾਨ ਬਾਅਦ ਵਿੱਚ ਇਹ ਵੀ ਉਹਨਾਂ ਨੇ ਲਿਖਿਆ ਐਸ ਸੀ ਐਸ ਨਗਰ 2 ਮਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2018 ਚ ਹੋਈ 10ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦੇ ਨਤੀਜਿਆਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਹੋਰ ਸਾਧਨਾ ਰਾਹੀਂ ਹਰ ਰੋਜ਼ 10ਵੀਂ ਦਾ ਨਤੀਜਾ ਆਉਣ ਦੀਆਂ ਅਫਵਾਹਾਂ ਦਾ ਖੰਡਨ ਕੀਤਾ ਜਾ ਰਿਹਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ਼੍ਰੀਮਤੀ ਹਰਗੁਰਜੀਤ ਕੋਰ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਲਾਈਆਂ ਜਾ ਰਹੀਆਂ ਅਫਵਾਹਾਂ ਤੇ ਬਿਲਕੁਲ ਯਕੀਨ ਨਾ ਕੀਤਾ ਜਾਵੇ ਉਹਨਾਂ ਕਹਾਂ ਕਿ 10ਵੀਂ ਦਾ ਨਤੀਜਾ ਐਲਾਨਨ ਦੀ ਸੂਚਨਾ ਬੋਰਡ ਅਥਾਰਟੀ ਵੱਲੋਂ ਬਕਾਇਦਾ ਵਿਧੀਵਤ ਅਤੇ ਟਕਵੇਂ ਸਮੇਂ ਤੇ ਕੀਤੀ ਜਾਵੇਗੀ ਬੋਰਡ ਦੇ ਸਕੱਤਰ ਨੇ ਫੌਂਟ ਸੁਚੇਤ ਕਰਦੇ ਆ ਕਿ ਜੇਕਰ ਬੋਰਡ ਨਤੀਜਿਆਂ ਦੇ ਐਲਾਨ ਬਾਰੇ ਫਾਰਮ ਫਿਲਾਉਣ ਵਾਲੇ ਬਾਜ਼ ਨਾ ਆਏ ਤਾਂ ਅਨਸਰਾਂ ਦੀ ਪੈਰ ਨੱਪ ਕੇ ਇਹਨਾਂ ਵਿਰੁੱਧ ਸਾਈਬਰ ਕ੍ਰਾਈਮ ਦੀਆਂ ਧਰਾਵਾਂ ਅਨੁਸਾਰ ਬੋਰਡ ਵੱਲੋਂ ਟੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮਿਤੀ 2 5 2018 ਕੋਮਲ ਸਿੰਘ ਲੋਕ ਸੰਪਰਕ ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ ਤੁਸੀਂ ਦੇਖ ਸਕਦੇ ਹੋ ਤੁਹਾਡੇ ਮੂਰੇ ਪ੍ਰੈਸ ਨੋਟ ਪਿਆ ਤੁਹਾਨੂੰ ਮੈਂ ਸਾਰਾ ਦੱਸਤਾ ਵੈਸੇ ਸਾਡੇ ਚੈਨਲ ਨੇ ਪਹਿਲਾਂ ਵੀ ਕਿਹਾ ਸੀ ਪਿਛਲੀ ਵੀਡੀਓ ਚ ਵੀ ਕਿਹਾ ਸੀ ਕਿ ਫਾਰਮਾਂ ਤੇ ਤੁਸੀਂ ਵਿਸ਼ਵਾਸ ਨਾ ਕਰੋ ਰਿਜ਼ਲਟ ਦਾ ਕੋਈ ਪਤਾ ਨਹੀਂ ਸਾਡੇ ਨਾਲ ਜੁੜੇ ਰਹੋ ਬਨੇ ਰਹੋ ਕਮੈਂਟ ਕਰਕੇ ਸਾਡੇ ਤੋਂ ਕੁਝ ਵੀ ਪੁੱਛੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ